ਅਗਰ ਵਰਕਰਾਂ ਦੀ ਕੁਰਬਾਨੀ ਨੂੰ ਭੁੱਲ ਵਜਾਂ ਤਾਂ ਬਹੁਤ ਵੱਡੀ ਜ਼ਿਆਦਤੀ ਹੋ ਸੀ। ਔਰ ਮੈਂ ਤੁਹਾਨੂੰ ਆਪਣੇ ਆਪ ਤੋਂ ਨਾ ਆਦਾ ਪਿਆ, ਇਮਰਾਨ ਖਾਨ ਦੀ ਤਰਫੋਂ ਆਦਾ ਪਿਆ, ਜਿਤਨਾ ਉਸਨੂੰ ਦਿਲ ਦੇ ਕਰੀਬ ਆਪਣਾ ਵਰਕਰ ਹੈ, ਹੋਰ ਕੋਈ ਸ਼ੈ ਨਹੀਂ। ਅੱਜ ਦੇ ਇਤਜਾਜ ਦਾ ਮਕਸਦ ਕਿਵੇਂ, ਅਗਰ ਦੇਖੋ ਮੀਆਂ ਵਾਲੀ ਇਹ ਵਾਹਿਦ ਜ਼ਿਲ੍ਹਾ ਹੈ ਕਿ ਤੀਜੀ ਦਫਾ 100% ਰਿਜ਼ਲਟ ਤੁਸੀਂ ਦੇਂਦੇ ਪਏ ਹੋ ਇਮਰਾਨ ਖਾਨ ਨੂੰ। ਔਰ ਇਮਰਾਨ ਖਾਨ ਜਿਸ ਵੇਲੇ ਵੀ ਮੀਆਂ ਵਾਲੀ ਆਇਆ, ਮੀਆਂ ਵਾਲੀ ਉਸ ਕਦਮ ਰੱਖਿਆ, ਉਸਦਾ ਪਹਿਲਾ ਜੁਮਲਾ ਇਹ ਹੁੰਦਾ ਕਿ ਮੀਆਂ ਵਾਲੀ ਆਪਨੇ ਮੁਝੇ ਕਭੀ ਮਾਯੂਸ ਨਹੀਂ ਕੀਆ। ਔਰ ਕੱਲ ਵੀ ਭੱਚੇ ਸਾਹਿਬ ਖਾਨ ਸਾਹਿਬ ਨੂੰ ਮਿਲ ਕੇ ਆਏ ਤੇ ਖਾਨ ਸਾਹਿਬ ਦਾ ਪਹਿਲਾ ਸਵਾਲ ਇਹਨਾਂ ਦੇ ਬਾਰੇ ਨਹੀਂ, ਉਹਨਾਂ ਮੀਆਂ ਵਾਲੀ ਦਾ ਪੁੱਛਾ, ਮੀਆਂ ਵਾਲੀ ਦੇ ਵਰਕਰਾਂ ਦਾ ਪੁੱਛਾ। ਇਹ ਲੀਡਰ ਦੀ ਮੁਹੱਬਤ ਹੈ ਤੁਹਾਡੇ ਨਾਲ। ਅੱਜ ਦੇ ਇਤਜਾਜ ਦਾ ਮਕਸਦ ਬੁਨਿਆਦੀ ਤੌਰ ਤੇ ਕਿਵੇਂ, ਅਸਾਂ ਜਿਹੜਾ ਮੈਂਡੇਟ ਚੋਰੀ ਥੀ ਹੈ, ਫਾਰਮ 47 ਤੁਹਾਡੇ ਸਾਹਮਣੇ ਤੁਸੀਂ ਡਿੱਠਾ ਤਬਦੀਲ ਹੋਏ, ਮੀਆਂ ਵਾਲੀ ਅੱਲਾ ਦਾ ਸ਼ੁਕਰ ਹੈ ਐਸਾ ਮਾਹੌਲ ਹੀ ਨਹੀਂ ਕਿ ਉਸ ਕਿਸਮ ਦੀ ਧਾਂਦਲੀ ਥੀ ਸਕਦੀ। ਉਹ ਮਾਹੌਲ ਕਿਉਂ ਨਹੀਂ, ਕਿਉਂਕਿ ਇੱਥੇ ਦਾ ਵਰਕਰ ਬਹੁਤ ਜ਼ਿਆਦਾ ਚਾਰਜਡ ਆਈ, ਇਹਨਾਂ ਨੂੰ ਪਤਾ ਆਈ ਕਿ ਲੋਕ ਸੜਕਾਂ ਤੇ ਨਿਕਲ ਆ ਸਨ, ਫਾਰਮ 47 ਵਾਲੀ ਲੀਡ ਘਟਾਈ ਗਈ, ਮਗਰ ਕੋਈ ਨਹੀਂ, ਅੱਲਾ ਸ਼ੁਕਰ ਕੀਤਾ, ਰਿਜ਼ਲਟ ਬਹਾਲ ਰਿਹਾ। ਹੁਣ ਅੱਗੇ ਕਰਨ ਦਾ ਕੰਮ ਕਿਵੇਂ, ਦੇਖੋ ਅਸਾਂ ਇੱਕ ਜਮਾਤ ਦਾ ਹਿੱਸਾ ਹਾਂ, ਤਮਾਮ ਬਿਰਾ ਇੱਕ ਸ਼ੈ, ਕੋਈ ਪਾਰਲੀਮੈਂਟ ਚ, ਕੋਈ ਬਾਹਰ ਹੈ, ਕੋਈ ਜੇਲ ਚ, ਮਗਰ ਕਿਹ ਕਿ ਇੱਕ ਜਿਸਮ ਆ, ਅਸਾਂ ਇੱਕ ਦੂਜੇ ਦੀ ਤਾਕਤ ਬਣਨਾ ਹੈ। ਅੱਜ ਇਮਰਾਨ ਖਾਨ ਕੌਲ ਲਿੱਤੀ ਹੈ ਤਾਂ ਉਸ ਆਪਣੀ ਜ਼ਾਤ ਵਾਸਤੇ ਕੌਲ ਨਹੀਂ ਦਿੱਤੀ, ਉਸ ਕੌਲ ਇਸ ਵਾਸਤੇ ਨਹੀਂ ਦਿੱਤੀ ਕਿ ਕੋਈ ਉਹ ਜੇਲ ਚੋਂ ਬਾਹਰ ਆ ਵਜੇ, ਉਸ ਕੌਲ ਕਿਸ ਵਾਸਤੇ ਦਿੱਤੀ ਹੈ, ਉਸ ਦਿੱਤੀ ਹੈ ਕਿ ਜਿਹੜਾ ਉਸ ਨਾਰਾ ਲਾਇਆ ਹੈ ਖੁਦਦਾਰੀ ਦਾ ਨਾਰਾ, ਜਿਹੜਾ ਉਸ ਐਬਸੋਲੂਟਲੀ ਨੋਟ ਆਖਾ ਹੈ, ਜਿਹੜਾ ਉਸ ਖੁੱਲ੍ਹ ਕੇ ਅਮਰੀਕਾ ਨੂੰ ਲਲਕਾਰ ਆਈ ਕਿ ਮੁਲਕ ਪਾਕਿਸਤਾਨ ਹੈ, ਇਸ ਦੇ ਫੈਸਲੇ ਅਸਾਂ ਆਪ ਕਰਸਾਂ। ਔਰ ਇਨਸ਼ਾਅੱਲਾ ਤਾਲਾ ਇਮਰਾਨ ਖਾਨ ਦੀ ਸਾਬਿਤ ਕਦਮੀ ਨਾਲ ਉਹ ਮੌਕਾ ਆਉਂਦਾ ਪਿਆ ਕਿ ਦੁਬਾਰਾ ਇਨਸ਼ਾਅੱਲਾ ਤਾਲਾ, ਇਹ ਥੋੜ੍ਹੀ ਜਿਹੀ ਗੇਮ ਰਹਿ ਗਈ ਹੈ, ਸਾਨੂੰ ਥੋੜ੍ਹੇ ਜਿਹੇ ਹੌਸਲੇ ਦੀ ਜ਼ਰੂਰਤ ਹੈ, ਥੋੜ੍ਹੀ ਜਿਹੀ ਲੀਡਰ ਦੀ ਗਾਈਡੈਂਸ ਅਤੇ ਲੀਡਰਸ਼ਿਪ ਅਤੇ ਹੌਸਲੇ ਦੀ ਜ਼ਰੂਰਤ ਹੈ। ਇਨਸ਼ਾਅੱਲਾ ਤਾਲਾ ਗੇਮ ਦੁਬਾਰਾ ਪਲਟ ਕੇ ਇਮਰਾਨ ਖਾਨ ਨਹੀਂ ਆਉਂਦੀ ਪਈ ਹੈ। ਕਰਨੇ ਔਰ ਉਸ ਵਾਸਤੇ ਇਹ ਮਾਹੌਲ ਬਣਦਾ ਪਿਆ, ਹੁਣ ਇਹ ਕਿ ਸਾਬਿਤ ਕਰਬਾ ਡਾਵਣਾ ਹੈ, ਇਨਸ਼ਾਅੱਲਾ ਤਾਲਾ ਕੱਠੇ ਚਾਈ ਕਟਾਈ ਦਾ ਟਾਈਮ ਆਈ, ਅਸਾਂ ਉਸ ਤਰ੍ਹਾਂ ਲੋਕਾਂ ਨੂੰ ਨਹੀਂ ਡਿਸਟਰਬ ਕੀਤਾ, ਇਨਸ਼ਾਅੱਲਾ ਤਾਲਾ ਕਟਾਈਆਂ ਮੁਕੰਮਲ ਥੀਂਦੀਆਂ। ਜਿਹੜਾ ਸਰਗੋਧੇ ਡਿਵੀਜ਼ਨ ਦਾ ਪਹਿਲਾ ਜਲਸਾ ਹੋ ਸੀ ਉਹ ਅਸਾਂ ਜ਼ਿਲ੍ਹਾ ਮੀਆਂ ਵਾਲੀ ਚੋਂ ਸ਼ੁਰੂ ਕਰ ਸਕਦਾ, ਪਰ ਇਨਸ਼ਾਅੱਲਾ ਤਾਲਾ ਉਹ ਐਸਾ ਤਾਰੀਖੀ ਜਲਸਾ ਹੋ ਸੀ, ਇਮਰਾਨ ਖਾਨ ਹੀ ਕੀਤਾ ਆਈ ਜੂਨ ਦੇ ਮਹੀਨੇ ਜਲਸਾ, ਇਨਸ਼ਾਅੱਲਾ ਤਾਲਾ ਉਹ ਇਮਰਾਨ ਖਾਨ ਕੀਤਾ ਆਈ, ਮਗਰ ਅਸਾਂ ਬਤੌਰ ਵਰਕਰ ਕੋਸ਼ਿਸ਼ ਕਰਸਾਂ ਕਿ ਉਸ ਜਲਸੇ ਦੀ ਬਰਾਬਰ ਮਿਸਾਲ ਪੇਸ਼ ਕਰ ਸਕਾਂ।